ਵਾਹ ਅੱਬੂ ਜੀ ਮੋੜਸਾ ਲੈ ਕੇ ਆਂਦੀ ਉੱਤੇ ਬੈਠੋ ਉੱਤੇ ਬੈਠੋ ਉੱਤੇ ਬੈਠੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਉੱਤੇ ਬੈਠੋ ਉੱਤੇ ਬੈਠੋ ਅਸਲਾਮੁਅਲੈਕਮ ਜੀ ਹਾਂਜੀ ਕਿੱਦਾਂ ਜੀ ਸਾਰੇ ਵੀ ਠੀਕ ਠਾਕ ਨੇ ਮੈਂ ਤੁਹਾਡਾ ਆਪਣਾ ਵੀਰ ਮੀਆਂ ਦਿਲਦਾਰ ਤੇ ਅੱਜ ਦਾ ਸਾਡਾ ਵਲੋਗ ਆ ਜੀ ਮੀਆਂ ਸਾਹਿਬ ਵੇਰੇ ਹੋਇਆ ਸੁਬਾ ਸੁਬਾ ਕਹਿੰਦੇ ਜੀ 1 2 5 ਪੁਰਾਣੀ ਵੇਚ ਕੇ ਤੇ ਨਵੀਂ ਲੈ ਕੇ ਆਣੀ ਹਲੋ ਸਰਕਾਰ ਇਧਰ ਵੀ ਧਿਆਨ ਕਰੋ ਨਾ ਵਲੋਗ ਵੀ ਨਾਲ ਬਣਾ ਲੀਏ ਕੋ ਦੋ ਤੱਕਿਆ ਹਾਲਾਂਕਿ ਤੁਸੀਂ ਯਕੀਨ ਕਰੋ 20 ਮਾਡਲ ਗੱਡੀ ਆ ਬੜੀ ਅੱਛੀ ਆ ਲੇਕਿਨ ਉਹ ਮੀਆਂ ਸਾਹਿਬ ਦਾ ਜ਼ੇਨ ਜ਼ਰਾ ਉੱਚਾ ਵਾ ਤੇ ਇਨਸ਼ਾਅੱਲਾ ਜੀ ਨਿਕਲਣ ਲੱਗੇ ਆ ਮੋਟਰਸਾਈਕਲ ਲੈ ਕੇ ਆਨੇ ਆਪਾਂ ਅਪਲਾਈਡ ਫਾਰ 125 ਮੈਂ ਇੱਕ ਚੀਜ਼ ਕਹਿਣਾ ਹੁੰਨਾ ਕਿ 125 ਵਰਗੀ ਗੱਡੀ ਨਿਕੇ ਲੱਖ ਮੋਟਰਸਾਈਕਲਾਂ ਬਣੀਆਂ ਫਿਰ ਜੋ ਦਹਿਸ਼ਤ ਇੱਥੇ ਬੈਠਿਆਂ ਲੱਗਦੀ ਨਾ ਕਿਸੇ ਹੋਰ ਮੋਟਰਸਾਈਕਲ ਤੇ ਨਹੀਂ ਕਾਰ ਤੇ ਵੀ ਨਹੀਂ ਆਂਦੀ ਜਿੰਨੂੰ ਇਹਦੀ ਚਾਸਤ ਤੇ ਨਿਕਲਣ ਲੱਗੇ ਆ ਜੀ ਸਾਨੂੰ ਸਿਟੀ ਲੱਗਦੀ ਜੜਾਂ ਵਾਲੇ ਤੇ ਜੜਾਂ ਵਾਲੇ ਜਾਵਾਂਗੇ ਮੋਟਰਸਾਈਕਲ ਲੈਂਨ ਜੀ ਨਵੀਂ ਸਾਡੇ ਨਾਲ ਰਿਓ ਆਜੋ ਜੀ ਚੱਲਦੇ ਘਰੋਂ ਨਿਕਲਣ ਤੋਂ ਬਾਅਦ ਅਸੀਂ ਪਹੁੰਚ ਗਏ ਸੀ ਉਸ ਜਗ੍ਹਾ ਤੇ ਜਿੱਥੇ ਜਾ ਕੇ ਅਸੀਂ ਆਪਣੀ ਮੋਟਰਸਾਈਕਲ ਧਵਾਣੀ ਸੀ ਜਰਾ ਟਾਕੀ ਸ਼ਾਕੀ ਮਰਵਾਣੀ ਸੀਗੀ ਵਿੱਚੋਂ ਜਰਾ ਨਿੱਖਰ ਜੇਗੀ ਕਿਉਂਕਿ ਗੰਦ ਘੱਟਾ ਮਿੱਟੀ ਬੜਾ ਚੜਿਆ ਸੀਗਾ ਕੋ ਗਾਗ ਚੰਗਾ ਲੱਗ ਜੇਗਾ ਕਿਉਂਕਿ ਅਸੀਂ ਇਹ ਵੇਚ ਕੇ ਨਵੀਂ ਲੈ ਕੇ ਆਣੀ ਸੀ ਖੈਰ ਬੰਦੇ ਸਾਡੇ ਜਾਣਨ ਵਾਲੇ ਸੀਗੇ ਉਹਨਾਂ ਨੇ ਅچھے ਤਰੀਕੇ ਦੇ ਨਾਲ ਗੱਡੀ ਦੀ ਸਫਾਈ ਕੀਤੀ ਸੋਹਣੀ ਸੁਨੱਕੀ ਕੱਢ ਦਿੱਤੀ ਨਵੀਂ ਗੱਡੀ ਵਿੱਚੋਂ ਉਸ ਤੋਂ ਬਾਅਦ ਅਸੀਂ ਆਪਣੀ ਗੱਡੀ ਨੂੰ ਕੀਤਾ ਚੈੱਕ ਚੁੱਕ ਚੈੱਕ ਚੁੱਕ ਕਰਕੇ ਅਸੀਂ ਨਿਕਲ ਪਏ ਜੀ ਜੜਾ ਵਾਲੇ ਨੂੰ ਜੜਾ ਵਾਲੇ ਜਦੋਂ ਅਸੀਂ ਪਹੁੰਚੇ ਆਂ ਤੇ ਸਭ ਤੋਂ ਵੱਡੀ ਗੱਲ ਉਹ ਸਾਡੇ ਫੈਨ ਨਿਕਲਾ ਜਿੱਥੇ ਅਸੀਂ ਆਪਣੀ ਮੋਟਰਸਾਈਕਲ ਵੇਚਣੀ ਸੀਗੀ ਜਿਨ੍ਹਾਂ ਨੂੰ ਸਾਡੇ ਫੈਨ ਨਿਕਲਾ ਉਹਨਾਂ ਨੇ ਕਿਹਾ ਗੱਡੀ ਛੱਡੀ ਲੈਣੀ ਨਾ ਲੈਣੀ ਬਾਅਦ ਦੀਆਂ ਗੱਲਾਂ ਵਾ ਖੈਰ ਉਹਨਾਂ ਨੇ ਪਾਣੀ ਸ਼ਾਣੀ ਪਿਆ ਬੜੀ ਹਿਯਾਗ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਲਾਇਆ 1 ਲੱਖ ਤੇ 10000 ਰੁਪਈਆ ਅਸੀਂ ਕਿਹਾ ਨਹੀਂ ਅਸੀਂ ਨਹੀਂ ਵੇਚਣੀ ਸਾਡਾ ਗੱਡੀ ਵੇਚਣ ਤੇ ਜ਼ੇਹਨ ਬਦਲ ਗਿਆ ਅਸੀਂ ਉਹਨਾਂ ਨੂੰ ਕਿਹਾ ਅਸੀਂ ਵੇਚਣ ਨਹੀਂ ਅਸੀਂ ਨਵੀਂ ਲੈ ਜਾਣੀ ਉਸ ਤੋਂ ਬਾਅਦ ਅਸੀਂ ਉੱਥੋਂ ਉੱਠੇ ਜੀ ਅਸੀਂ ਚੱਲ ਗਏ ਜੀ Honda ਵਾਲਿਆਂ ਦੇ ਨਵੇਂ ਸ਼ੋਰੂਮ ਤੇ Honda ਵਾਲਿਆਂ ਦੇ ਸ਼ੋਰੂਮ ਤੇ ਜਾ ਕੇ ਇੱਥੇ ਅਸੀਂ ਕਰਾਂਗੇ ਜੀ ਆਪਣੀ ਗੱਡੀ ਪਸੰਦ ਠੀਕ ਆ ਜੀ ਮਾਸ਼ਾਅੱਲਾ ਕਾਫੀ ਜ਼ਿਆਦਾ ਗੱਡੀਆਂ ਖੜੀਆਂ ਹੋਈਆਂ ਵਾ ਇਹ ਤੁਸੀਂ ਦੇਖ ਸਕਦੇ ਹੋ ਵਨਸ ਵਾਨੀਆਂ ਖੈਰ ਸਾਨੂੰ ਪਸੰਦ ਆਈ ਆ ਜੀ Honda 125 ਪਹਿਲੇ ਮੇਰਾ ਜ਼ੇਹਨ ਸੀਗਾ ਪੰਜ ਗੇਰੀ ਲੈਣ ਦਾ ਜਿਹੜਾ ਹੁੰਦਾ Honda Honda 125 ਯਾ ਲੇਕਿਨ ਉਹਦੇ ਪੰਜ ਗੇਅਰ ਹੁੰਦੇ ਆ ਨਵਾਂ ਮਾਡਲ 2 3 4 ਸਾਲ ਤੋਂ ਚੱਲਦਾ ਆ ਰਿਹਾ ਲੇਕਿਨ ਫੇਰ ਸਾਡਾ ਜ਼ੇਹਨ ਬਣਿਆ ਕਿ ਨਹੀਂ ਮਜ਼ਬੂਤ ਗੱਡੀ ਇਹ ਹੀ ਆ ਗੱਡੀਆਂ ਤੇ ਉੱਥੇ ਉਹਨਾਂ ਦੇ ਸ਼ੋਅਰੂਮ ਤੇ ਹੋਰ ਵੀ ਬੜੀਆਂ ਖੜੀਆਂ ਸੀ ਮਹਿੰਗੀਆਂ ਤੋਂ ਮਹਿੰਗੀਆਂ ਦਿਲ ਇਹਨੂੰ ਵੀ ਕਰਦਾ ਸੀਗਾ ਪਰ ਜੇਬ ਸਾਥ ਨਹੀਂ ਸੀ ਤੇ ਨਹੀਂ ਇਸ ਲਈ ਫਿਰ ਅਸੀਂ Honda 1.25 ਇਹਨਾਂ ਅਪਲਾਈਡ ਫਾਰ ਨੂੰ ਉਹਨੂੰ ਅਸੀਂ ਪਸੰਦ ਕੀਤਾ ਕਿਉਂਕਿ ਸਾਡੇ ਲਈ ਉਹ ਮੋਟਰਸਾਈਕਲ ਹੀ ਇੱਕ ਕਾਰ ਦੇ ਬਰਾਬਰ ਆ ਔਰ ਸਾਨੂੰ ਕਾਰ ਜਿੰਨੇ ਖੁਸ਼ੀ ਆ ਕਿ ਅਸੀਂ ਮੋਟਰਸਾਈਕਲ ਲੈ ਰਹੇ ਆ ਦੇਖੋ ਨਾ ਦਿਲ ਤੇ ਬੜਾ ਕਰ ਰਿਹਾ ਵਾ ਲੇਕਿਨ ਹਰ ਚੀਜ਼ ਜਿਹੜੀ ਪਸੰਦ ਆਵੇ ਜ਼ਰੂਰੀ ਨਹੀਂ ਕਿ ਉਹ ਅੱਲਾ ਪਾਕ ਦੀ ਜ਼ਾਤ ਤੁਹਾਨੂੰ ਨਵਾਜ਼ੀ ਦੇਵੇ ਕੋਈ ਨਹੀਂ ਇਨਸ਼ਾ ਅੱਲਾ ਪਾਕ ਦੀ ਜ਼ਾਤ ਇਹ ਵੀ ਦੇਗੀ ਉਸ ਤੋਂ ਬਾਅਦ ਜੀ ਅਸੀਂ ਮਿਲੇ ਜਾ ਕੇ ਉਹਨਾਂ ਦੇ ਮਾਲਕਾਂ ਨੂੰ ਮਾਲਕਾਂ ਦੇ ਨਾਲ ਅਸੀਂ ਕੀਤੀ ਗੱਲ ਬਾਤ ਕਿ ਸਾਨੂੰ ਇਹਦੀ ਪ੍ਰਾਈਸ ਦੱਸੋ ਮਕੂਲ ਜੀ ਕਿੰਨੀ ਪ੍ਰਾਈਸ ਆ ਉਹਨਾਂ ਨੇ ਸਾਨੂੰ ਇਹਦੀ ਪ੍ਰਾਈਸ ਦੱਸੀ ਜੀ 2 ਲੱਖ 34000 ਤੇ 900 ਰੁਪਇਆ Google ਤੇ ਵੀ ਅਸੀਂ ਸਰਚ ਕਰਕੇ ਦੇਖਿਆ ਅਨਵਾਇਸ ਇਹਨਾਂ ਦੀ ਇਹ ਹੀ ਆ ਰਹੀ ਸੀਗੇ ਖੈਰ ਸਾਡੀ ਮੋਟਰਸਾਈਕਲ ਹੋ ਗਈ ਡਨ ਉਸ ਤੋਂ ਬਾਅਦ ਅਸੀਂ ਇਹਦੇ ਡਾਕੂਮੈਂਟ ਕਰਾਏ ਕਲੀਅਰ ਕੋਲ ਬੈਠ ਕੇ ਆਈਡੀ ਕਾਰਡ ਵਗੈਰਾ ਸਭ ਕੁਝ ਅਸੀਂ ਫਿਲ ਕਰਵਾਇਆ ਕਿ ਕੱਲ ਨੂੰ ਕੋਈ ਮਸਲਾ ਮਸਾਇਲ ਨਾ ਬਣੇ ਇਹਨਾਂ ਚੀਜ਼ਾਂ ਦੀ ਗੌਰ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਕੋਈ ਵੀ ਤੁਸੀਂ ਚੀਜ਼ ਲਵੋ ਇਹ ਨਾ ਹੋਵੇ ਅਸੀਂ ਲੈ ਕੇ ਪਿੰਡ ਪਹੁੰਚੀ ਅੱਗੋਂ ਪਤਾ ਲੱਗੇ ਜੀ ਮੋਟਰਸਾਈਕਲ ਚੋਰੀ ਦੀ ਆ ਖੈਰ ਸਾਡੇ ਕਾਗਜ਼ ਹੋ ਗਏ ਕਲੀਅਰ ਉਸ ਤੋਂ ਬਾਅਦ ਅਸੀਂ ਲਈ ਮੋਟਰਸਾਈਕਲ ਦੀ ਜ਼ਰਾ ਟਰਾਈ ਚੱਲ ਫਿਰ ਕੇ ਬੈਠ ਕੇ ਦੇਖਿਆ ਵਾਹਕਿਆ ਬਾਤ ਹੈ ਯਾਰ ਨਵੀਂ ਗੱਡੀ ਤੇ ਫਿਰ ਨਵੀਂ ਹੈ ਨਾ ਮੈਂ ਪਹਿਲੇ ਵੀ ਦੱਸ ਚੁੱਕਿਆ ਕਿ ਮੇਰੇ ਲਈ ਇੰਨੀ ਖੁਸ਼ੀ ਆ ਜਿਵੇਂ ਕੋਈ ਬੰਦਾ ਇੱਕ Honda Swift ਕਾਰ ਲੈਂਦਾ ਮੇਰੇ ਲਈ Honda 125 ਮੋਟਰਸਾਈਕਲ ਦੀ ਇੰਨੀ ਖੁਸ਼ੀ ਆ ਅਲhamdulillah ਜੀ ਲੈਣ ਤੋਂ ਬਾਅਦ ਅਸੀਂ ਸਰਕਾਰ ਉਹਦਾ ਕਰਵਾਇਆ ਜੀ ਆਇਲ ਚੇਂਜ ਆਇਲ ਵਗੈਰਾ ਚੇਂਜ ਕਰਵਾ ਕੇ ਟਾਕੀ ਸ਼ਾਕੀ ਜਿਹਨੂੰ ਕਹਿੰਦੇ ਆ ਉਹ ਮਰਵਾਈ ਉਹਨਾਂ ਨੇ ਕੱਸੀ ਕੁਸੀ ਪੈਟਰੋਲ ਅਸੀਂ ਪਾਇਆ ਉਹਦੇ ਵਿੱਚ ਪੈਟਰੋਲ ਪਵਾਉਣ ਤੋਂ ਬਾਅਦ ਇਹ ਭਾਈ ਸਾਡੇ ਫੈਨ ਨੇ ਮਾਸ਼ਾਅੱਲਾ ਇਹ ਵੀ ਇਹਨਾਂ ਨੇ ਵੀ ਸਾਨੂੰ ਪਛਾਣਿਆ ਕਹਿੰਦੇ ਸੀ ਸਾਡੇ ਨਾਲ ਵੀ ਇੱਕ ਵੀਡੀਓ ਲਾਜ਼ਮੀ ਬਣਾਓ ਮੈਗਾ ਜੀ ਤੁਸੀਂ ਵੀਡੀਓ ਦੇ ਵਿੱਚ ਆਗੇ ਹੋ ਇਨਸ਼ਾਅੱਲਾ ਅਸੀਂ ਆਪਣਾ ਵਲੋਗ ਅਪਲੋਡ ਕਰਾਂਗੇ ਤੁਸੀਂ ਵੀ ਦੇਖੋਗੇ ਤੇ ਦੁਨੀਆ ਵੀ ਦੇਖੇਗੀ ਅੱਛਾ ਜੀ ਤੇਲ ਚੈਲ ਪਵਾਉਣ ਤੋਂ ਬਾਅਦ ਅਸੀਂ ਆਪਣੀ ਮੋਟਰਸਾਈਕਲ ਨੂੰ ਮਾਰੀ ਕਿੱਕ ਅਤੇ ਅਸੀਂ ਉਹਨਾਂ ਦੇ ਸ਼ੋਰੂਮ ਨੂੰ ਗਿਆ ਖੈਰੋਬਾਦ ਖੈਰੋਬਾਦ ਕਹਿਣ ਤੋਂ ਬਾਅਦ ਅਸੀਂ ਪਹੁੰਚੇ ਜੀ ਆਪਣੇ ਪਿੰਡ ਜਿੱਦਾਂ ਅਸੀਂ ਪਿੰਡ ਪਹੁੰਚੇ ਆ ਤੇ ਘਰ ਵਾਲਿਆਂ ਨੂੰ ਅੱਬੂ ਜੀ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਅਸੀਂ ਮੋਟਰਸਾਈਕਲ ਲੈਣ ਗਏ ਹੋਇਆ ਛੋਟੇ ਨੇ ਯੱਕਦਾ ਵੀ ਜ਼ਿੱਦ ਕੀਤੀ ਤੇ ਅਸੀਂ ਫੌਰਨ ਹੀ ਨਿਕਲ ਪਏ ਮੋਟਰਸਾਈਕਲ ਲੈਣ ਠੀਕ ਹੈ ਜੀ ਘਰ ਪਹੁੰਚੇ ਆ ਆ ਵਰਸੀ ਦਾ ਡੱਬਾ ਸਾਡੇ ਕੋਲ ਆ ਜੀ ਅੱਬੂ ਜੀ ਪਏ ਨੇ ਸੁੱਤੇ ਇੱਥੇ ਅਸੀਂ ਅੱਬੂ ਜੀ ਨੂੰ ਦਾਂਗੇ ਸਰਪ੍ਰਾਈਜ਼ ਅਸੀਂ ਅੱਬੂ ਜੀ ਨੂੰ ਸਰਪ੍ਰਾਈਜ਼ ਦੇਣਾ ਵਾ ਠੀਕ ਹੈ ਨਾ ਬੂਜੀ ਅਬੂ ਜੀ ਹਾਂ ਜੀ ਸਰਕਾਰ ਸੁੱਤੇ ਪਏ ਉਠੋ ਤੁਹਾਨੂੰ ਇੱਕ ਸਰਪ੍ਰਾਈਜ਼ ਦਈਏ ਉਠੋ ਤਾਂ ਉਠੋ 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 ਠੋ 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 ਨਹੀਂ ਅੱਖਾਂ 'ਗੇ ਹੱਥ ਰਾ ਕੇ ਇਦਾਂ ਨਹੀਂ ਇਦਾਂ ਨਹੀਂ ਆਜੋ ਆਜੋ ਮੈਂ ਤੁਹਾਨੂੰ ਡਿੱਗਣ ਨਹੀਂ ਦੇਣਾ ਹੱਥ ਤਾਂ ਨਹੀਂ ਪਰੇ ਕਰੋ ਨਹੀਂ ਹੱਥ ਨਹੀਂ ਪਰੇ ਕਰਨਾ ਹੱਥ ਨਹੀਂ ਪਰੇ ਕਰਨਾ ਹੱਥ ਤੁਹਾਡਾ ਉਦੋਂ ਪਰੇ ਕਰਨਾ ਵਾ ਜਦੋਂ ਮੈਂ ਤੁਹਾਨੂੰ ਵਾ ਓ ਅਬੂ ਜੀ ਮੋੜਸਾ ਲੈ ਕੇ ਆਂਦੀ ਉੱਤੇ ਬੈਠੋ ਉੱਤੇ ਬੈਠੋ ਉੱਤੇ ਬੈਠੋ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਉੱਤੇ ਬੈਠੋ ਉੱਤੇ ਬੈਠੋ ਕਿੱਥੇ ਪੈਰ ਰੱਖਣੇ ਇੱਥੇ ਆਓ ਜੀ ਬਲਾਲ ਸਾਹਿਬ ਆਓ ਜੀ ਖੈਰ ਮੁਬਾਰਕ ਖੈਰ ਮੁਬਾਰਕ ਖੈਰ ਮੁਬਾਰਕ ਮੈਂ ਪਰਫੀ ਦਾ ਡੱਬਾ ਲੈ ਕੇ ਆਇਆ ਸੀ ਨਾਲ ਯਾਰ ਐ ਦੇਖੋ ਜੀ ਹਾਂ ਵੀ ਅੱਬਾ ਮੱਝ ਵਾਲੇ ਪੈਸੇ ਸਾਰੇ ਲਾਏ ਆ بسم اللہ جی بسم اللہ الرحمن الرحیم لوجی بلال صاحب ਲੈ ਵੀ ਅੱਬਾ ਹੁਣ ਆ ਹੋ ਗਈਆਂ ਪੁਰਾਣੀਆਂ ਹੁਣ ਤੁਸੀਂ ਇੱਥੇ ਵਿਆਹ ਕਰਨਾ ਤੇ ਤੁਹਾਨੂੰ ਡਰਾਈਵਰੀ ਸਿਖਾ ਦੇਣੀ ਆ ਠੀਕ ਹੋ ਗਿਆ ਦੇਖੋ ਹਾਂ ਸਟਾਰਟ ਕਰਕੇ ক্লোਜ਼ਰ ਚਾਬੀ ਮਾਰੋ ਚਲੋ ਸਹੀ ਜੇ ਮਾਸ਼ਾਅੱਲਾ ਮਾਸ਼ਾਅੱਲਾ ਬੈ ਤੁਸੀਂ ਬਹਿ ਗਏ ਹੋ ਹੁਣ ਇਨਸ਼ਾਅੱਲਾ ਬਿਲਕੁਲ ਸਹੀ ਆ ਅੱਲਾ ਚਲੋ ਜੀ ਲੋ ਜੀ ਜਜ਼ਾਕ ਅੱਲਾ ਸਾਡਾ ਵਲੌਗ ਮੁਕੰਮਲ ਦੇਖਿਆ ਮੋਟਰਸਾਈਕਲ ਲੈ ਕੇ ਆਏ ਅਸੀਂ ਤੁਹਾਡੇ ਸਾਰੇ ਵੀਰਾਂ ਦੀਆਂ ਦੁਆਵਾਂ ਤੇ ਸਾਰੇ ਭਾਈ ਮੂੰਹ ਮਿੱਠਾ ਕਰ ਲਓ ਬਈ ਫੇ ਨਾ ਕਿ ਉਹ ਸਾਨੂੰ ਪੁੱਛਿਆ ਨਹੀਂ ਮਿਆਂ ਸਭ ਸਾਨੂੰ ਸੁਲਾ ਨਹੀਂ ਮਾਰੀ ابو ਜੀ ਇਹਨਾਂ ਨੂੰ ਕੋ ਮੂੰਹ ਮਿੱਠਾ ਕਰ ਲਓ ਬਈ ਓਕੇ ਜੀ ਜਜ਼ਾਕ ਅੱਲਾ ਥੈਂਕ ਯੂ ਸੋ ਮੱਚ ਵਲੌਗ ਦੇਖਣ ਵਾਸਤੇ ਅੱਲਾ ਹਫੇਜ਼ ਬਾਏ ਬਾਏ